लुधियाना के पारस डिजाइनर और जेएचपी टेलीफिल्म्स की ओर से क्वीन ऑफ पंजाब सीजन एक के ऑडिशन करवाए गए, जिसमें पंजाब के कई जिलों से आई महिलाओं ने रैंप वॉक किया। इस मौके पर नीटू शटरावाला ने भी महिलाओं के साथ अपने जलवे बिखेरे। ਬੜਾ ਵਧੀਆ ਇੱਕ ਬਿਊਟੀ ਪੈਜੈਂਟ ਇਹ ਹੋ ਰਿਹਾ ਕੁਈਨ ਆਫ ਪੰਜਾਬ, ਅਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਲੇਡੀਜ਼ ਨੂੰ ਜਿਹੜਾ ਹੈਗਾ ਕਿ ਇੱਕ ਵਧੀਆ ਪਲੇਟਫਾਰਮ ਮਿਲਿਆ ਘਰ ਦੇ ਕੰਮਾਂ ਕਾਰਾਂ ਦੇ ਵਿੱਚੋਂ, ਫੁਰਸਤ ਕੱਢ ਕੇ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਬੜਾ ਵਧੀਆ ਇਹ ਟਾਈਮ ਹੈ ਅਤੇ ਇੱਕ ਬੜਾ ਵਧੀਆ ਪਲੇਟਫਾਰਮ ਹੈ। ਅੱਜ ਦੀ ਜੋ ਬੱਚੇ ਨੇ ਜੋ ਆਪਣੇ ਟੈਲੈਂਟ ਦਿਖਾਉਣਾ ਚਾਹੁੰਦੇ, ਕੀ ਕਹੋਗੇ ਉਹਨਾਂ ਨੂੰ? ਅੱਛਾ, ਅੱਗੇ ਆਉਣ, ਆਪਦਾ ਟੈਲੈਂਟ ਵਧੀਆ ਦਿਖਾਉਣ, ਅੱਗੇ ਆ ਕੇ ਆਪਣੇ ਪੰਜਾਬ ਨੂੰ ਪ੍ਰਮੋਟ ਕਰਨ, ਅਤੇ ਜੋ ਵੀ ਇਸ ਟਾਈਮ ਉਹ ਇੱਥੇ ਕਰਕੇ ਜਾਣ ਉਹ ਇੱਦਾਂ ਕਰਕੇ ਜਾਣ ਕਿ ਇੱਕ ਸ਼ਾਪ ਬਣ ਕੇ ਰਹਿ ਜਾਵੇ ਸਾਡੇ ਲਈ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅੱਜ ਕੁਈਨਸ ਆਫ ਪੰਜਾਬ ਦਾ ਇਵੈਂਟ ਹੋ ਰਿਹਾ ਜਿਹਦੇ ਵਿੱਚ ਮੈਨੂੰ ਐਜ਼ ਏ ਜੱਜ ਇਨਵਾਈਟ ਕੀਤਾ ਗਿਆ ਹੈ। ਇਹ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਜੋ ਗਰਲਸ ਵਾਸਤੇ ਨਹੀਂ, ਇੱਕ ਲੇਡੀਜ਼ ਵਾਸਤੇ ਵੀ ਬਣਿਆ ਜਿਨ੍ਹਾਂ ਵਿੱਚ ਟੈਲੈਂਟ ਹੈ ਉਹ, ਮੈਂ ਤਾਂ ਕਹਿੰਦੀ ਹਾਂ ਅਤੇ ਆਪਣੇ ਕਿਚਨ 'ਚੋਂ ਬਾਹਰ ਨਿਕਲ ਕੇ ਆਪਣਾ ਟੈਲੈਂਟ ਦਿਖਾਓ, ਅਤੇ ਇਹ ਜੇ ਇਵੈਂਟ ਲੁਧਿਆਣੇ ਵਿੱਚ ਹੁੰਦੇ ਰਹਿਣ, ਪੰਜਾਬ ਵਿੱਚ ਹੁੰਦੇ ਰਹਿਣ, ਅਤੇ ਸਾਨੂੰ ਆਪਣੇ ਮੁਟਿਆਰਾਂ 'ਤੇ ਮਾਣ ਹੈ ਔਰ ਸਾਨੂੰ ਪੰਜਾਬੀ ਹੋਣ ਦਾ ਮਾਣ ਹੈ। ਕੁਈਨਸ ਆਫ ਪੰਜਾਬ ਨੂੰ ਮੈਂ ਬੈਸਟ ਆਫ ਤੱਕ ਕਰਨਾ ਚਾਹਾਂਗੀ।